ਸੇਲੀ ਸੁਲੀ ਹੈਗੀ ਆਪਣੀ ਨਾ ਵੀਰੇ ਸਿੰਗਲ ਆ ਤੁਸੀਂ ਸਿੰਗਲ ਹੋ ਬਾਈ ਤੁਸੀਂ ਸੋਹਣੇ ਸੁਨੱਖੇ ਮੁੰਡੇ ਹੋ ਵਾਲ ਵੁਲ ਤੁਸੀਂ ਖੜੇ ਕਰਕੇ ਆਏ ਹੋ ਵਧੀਆ ਹੋਣਗੇ ਜੀ ਸੈੱਟ ਕੋਈ ਸੈੱਟ ਹੁੰਦੀ ਨਹੀਂ ਅੱਜ ਕੱਲ੍ਹ ਯਾਰ ਸੋਹਣਿਆਂ ਨਾਲ ਘੱਟ ਦੇ ਗਏ ਇੱਦਾਂ ਉੱਦਾਂ ਦੇ ਚੱਲੇ ਜਿਹੜੇ ਉਹਨਾਂ ਨਾਲ ਜ਼ਿਆਦਾ ਸੈੱਟ ਅੱਜ ਕੱਲ੍ਹ ਇੱਦਾਂ ਉੱਦਾਂ ਦੇ ਤੋਂ ਕੀ ਭਾਵ ਹੈ ਤੁਹਾਡਾ ਮਤਲਬ ਲੋਫਰਾਂ ਨਾਲ ਛੱਪਰੀਆਂ ਨਾਲ ਬਾਈ ਫਿਰ ਵਿਆਹ ਹੋ ਗਿਆ ਆਪਣਾ ਹਾਂਜੀ ਫਿਰ ਹੋ ਗਿਆ ਜੀ ਓਹੋ ਇਹ ਤਾਂ ਪੱਟੇ ਗਏ ਵੀਰ ਵੀਰ ਤਾਂ ਆਪਾਂ ਚਾਹ ਪੀਣ ਆਏ ਆ ਵੀਰ ਤਾਂ ਹੀ ਚਾਹ ਪੀਣ ਆਏ ਹੋ ਚੂ ਵਾਲੀ ਤਾਂ ਗੱਲ ਵੀ ਕਰਕੇ ਦਿਖਾਓ ਹੁਣ ਬਾਈ ਘਰੇ ਵੀ ਵੜਨਾ ਹੁੰਦਾ ਯਾਰ ਬਾਈ ਤੁਹਾਡੀ ਹੈਗੀ ਹੈ ਬਾਈ ਭਾਜੀ ਤਾਂ ਦੂਜੀ ਦੂਰੇ ਬੋਲ ਦਿੰਦਾ ਕਹਿੰਦਾ ਨਾ ਨਾ ਮੇਰੇ ਕੋਲ ਨਾ ਆਈ ਯਾਰ ਨਾ 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 ਮੇਰੇ ਕੋਲ ਨਾ ਆਈ ਤੂੰ ਦੂਰੋਂ ਹੀ ਕਹਦੇ ਹਾਂ ਨਹੀਂ ਹੈਗੀਆਂ ਬਾਈ ਆਪਣਾ ਜੇ ਫੋਰ ਐਗਜ਼ਾਮਪਲ ਸਹੇਲੀ ਹੈਗੀ ਹੈ ਤੇ ਸਹੇਲੀ ਦਾ ਕੋਈ ਬੈਸਟ ਫਰੈਂਡ ਵੀ ਹੈਗਾ ਯੂ ਆਰ ਲੱਕੀ ਬ੍ਰੋ ਯੂ ਆਰ ਲੱਕੀ ਜੇ ਸਹੇਲੀ ਦਾ ਬੈਸਟ ਫਰੈਂਡ ਨਹੀਂ ਹੈਗਾ ਫਿਰ ਤਾਂ ਬਹੁਤ ਵਧੀਆ ਗੱਲ ਹੈ ਬਾਈ ਇਹ ਤਾਂ ਨਹੀਂ ਲੱਗ ਰਿਹਾ ਛੜੇ ਗੁਣੇ ਵਾਲਾ ਇੱਕ ਬਾਈ ਦਾ ਨਹੀਂ ਲੱਗ ਰਿਹਾ ਬਾਈ ਸੋਹਣਾ ਸੁਨੱਖੇ ਹੋ ਤੁਸੀਂ ਦੋਨੋਂ ਲੱਗਦੀ ਹੈ ਬਾਈ 2004 ਤੱਕ ਕੁੜੀਆਂ ਰੱਖੀਆਂ ਹੋਣੀਆਂ ਇੱਕ ਨਾਲ ਫਿਲਮ ਇੱਕ ਨਾਲ ਘੁੰਮਣ ਜਾਣਾ ਏਦਾਂ ਵੀ ਜਿਹੜੀ ਹੈਗੀ ਉਹ ਵੀ ਟੁੱਟ ਜਾਣੀ ਹੈ ਅੱਛਾ ਹੈਗੀ ਹੈ ਨਾ ਆਹੀ ਕਟਵਾਉਣਾ ਸੀ ਤੁਹਾਡੀ ਹਿਮਾਚਲ ਤੁਹਾਨੂੰ ਕੀ ਪਸੰਦ ਹੈ ਹਿਮਾਚਲ ਕਿੜਕੀ ਪੰਜਾਬ ਦੀ ਕਹੀਂ ਕਿ ਵੀ ਮਿਲ ਜਾਏ ਅੱਛਾ ਬਸ ਇੱਕ ਚੜਤਾ ਸਾਹ ਚੱਲਦੇ ਹੋਣੇ ਚਾਹੀਦੇ ਆ ਕਹੀਂ ਸੇ ਮਿਲ ਜਾਏ ਹਾਂ ਕੁੜੀ ਹੋਣੀ ਚਾਹੀਦੀ ਹੈ ਸਾਹ ਚੱਲਦੇ ਹੋਣ ਹੋਰ ਵੀਰੇ ਕੀ ਹਾਲ ਹੈ ਜੀ ਵਧੀਆ ਭਾਜੀ ਤੁਸੀਂ ਦੱਸੋ ਵਧੀਆ ਰੌਣਕ ਮੇਲਾ ਚਾਹ ਵੀ ਤੇ ਚੁਸਕੀ ਚੁਸਕੀ ਵੀਰੇ ਕਹਿੰਦੇ ਇੱਕ ਮੈਂ ਠੰਡੀ ਚਾਣੀ ਪੀਂਦਾ ਇੱਕ ਮੈਂ ਫਿੱਕੀ ਚਾਣੀ ਪੀਂਦਾ ਜੀ ਜਿਸ ਚਾਹ ਵਿੱਚ ਚਾਹ ਨਾ ਹੋਵੇ ਮੈਂ ਐਸੀ ਚਾਣੀ ਪੀਂਦਾ ਉਹ ਵਾਲੀ ਚਾਹ ਪੀ ਰਹੇ ਹੋ ਆਪ ਹਾਂਜੀ ਭਾਈ ਅਸੀਂ ਤਾਂ ਮਿੱਠੀ ਚਾਹ ਪੀਂਦੇ ਭਾਈ ਉਹੀ ਵੀਰੇ ਅੱਛਾ ਮਿੱਠੀ ਚਾਹ ਪੀਂਦੇ ਕਦੇ ਚਾਹ ਵਿੱਚ ਕੁਝ ਪਾ ਕੇ ਵੀ ਪੀਤਾ ਹੈ ਨਾ ਵੀਰੇ ਯੂ نو ਵਾਟ ਇਜ਼ ਦੈਟ ਵੀਰੇ ਸਿੰਪਲ ਚਾਹ ਪੀ ਰਹੇ ਓਕੇ 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 ਮੈਮ ਤੁਹਾਡੇ ਕੀ ਹਾਲ ਹੈ ਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਚੱਲੀ ਜਾਂਦਾ ਜੀ ਗੁੱਡ ਹੋ ਗਏ ਵਧੀਆ ਹੋ ਗਏ ਹੋਰ ਕੀ ਕਰ ਰਹੇ ਹੋ ਮੈਂ ਇੱਧਰ ਬੈਠ ਕੇ ਬਸ ਚਾਹ ਪੀਣ ਆਏ ਸੀ ਅੱਛਾ ਚਾਹ ਪੀਣ ਆਏ ਹੋ ਪੰਜਾਬੀ ਬੜੇ ਵੇਲੇ ਹੁੰਦੇ ਹਨਾ ਚਾਹ ਹੀ ਪੀਣ ਆ ਜਾਂਦੇ 3v2 ਮਾਰਕੀਟ ਉਹ ਤਾਂ ਹੈ ਤੁਹਾਨੂੰ ਪਤਾ ਸਾਡੇ ਕਰਕੇ ਇਹਨਾਂ ਦਾ ਕੰਮ ਬਹੁਤ ਚੱਲੀ ਜਾਂਦਾ ਹੈ ਓਬਵੀਅਸਲੀ ਚੱਲੂਗਾ ਹੀ ਅੱਛਾ ਓਬਵੀਅਸਲੀ ਚੱਲੂਗਾ ਹੀ ਤੇ ਅੱਜ ਮੈਂ ਕਰਦੇ ਕਿਉਂ ਮੈਂ ਨਰਸਿੰਗ ਸਟਾਫ ਹਾਂ ਅੱਛਾ ਨਰਸਿੰਗ ਸਟਾਫ ਹੋ ਹੁੰਦਾ ਕਿਆ ਉਹ ਅੱਛਾ ਨਰਸ ਓ ਵਾਹ ਯਾਰ ਦੇਖੋ ਬੰਦਾ ਨਾ ਸਾਰੀ ਗੱਲ ਨਾ ਪੋਰਟਰੇ ਕਰਨ ਦੀ ਆਪਣੇ ਆਪ ਨੂੰ ਕਿਵੇਂ ਦਾ ਦਿਖਾਉਣਾ ਚਾਹੁੰਦਾ ਨਰਸਿੰਗ ਸਟਾਫ ਮੈਂ ਤਾਂ ਥੋੜੇ ਜਿਹੇ ਨੂੰ ਸ਼ੌਕ ਹੀ ਹੋ ਗਿਆ ਮੈਂ ਕਿਹਾ ਇਹ ਕਿਹੜਾ ਮਹਿਕਮਾ ਚੱਲ ਗਏ ਅੱਛਾ ਨਰਸ ਹੋ ਵਧੀਆ ਕੰਮ ਹੈ ਉਹ ਵੀ ਦੁਆਵਾਂ ਮਿਲਦੀਆਂ ਲੋਕਾਂ ਦੀਆਂ ਠੀਕ ਹੈ ਠੀਕ ਹੈ ਠੀਕ ਹੈ ਬਾਈ ਸੇਲੀ ਸੁਲੀ ਹੈਗੀ ਆਪਣੀ ਨਾ ਵੀਰੇ ਸਿੰਗਲ ਆ ਤੁਸੀਂ ਸਿੰਗਲ ਹੋ ਬਾਈ ਤੁਸੀਂ ਸੋਹਣੇ ਸੁਨੱਖੇ ਮੁੰਡੇ ਹੋ ਵਾਲ ਵੁਲ ਤੁਸੀਂ ਖੜੇ ਕਰਕੇ ਆਏ ਹੋ ਵਧੀਆ ਹੋਣਗੇ ਜੀ ਸੈੱਟ ਕੋਈ ਸੈੱਟ ਹੁੰਦੀ ਨਹੀਂ ਅੱਜ ਕੱਲ ਯਾਰ ਸੋਹਣਿਆਂ ਨਾਲ ਘੱਟ ਦੇ ਗਏ ਐਦਾਂ ਉੱਦਾਂ ਦੇ ਚੱਲੇ ਜਿਹੜੇ ਉਹਨਾਂ ਨਾਲ ਜ਼ਿਆਦਾ ਸੈੱਟ ਅੱਜ ਕੱਲ ਐਦਾਂ ਉੱਦਾਂ ਦੇ ਤੋਂ ਕੀ ਭਾਵ ਹੈ ਤੁਹਾਡਾ ਮਤਲਬ ਲੋਫਰਾਂ ਨਾਲ ਛੱਪਰੀਆਂ ਨਾਲ ਅਰੇ ਮੈਮ ਤੁਹਾਨੂੰ ਕਿਵੇਂ ਦਾ ਮੁੰਡਾ ਪਸੰਦ ਹੈ ਸਰਦਾਰ ਹੋਵੇ ਅੱਛਾ ਜੀ ਹੋਵੇ ਅੱਛਾ ਜੀ ਐਜੂਕੇਟਿਡ ਹੋਵੇ ਐਜੂਕੇਟਿਡ ਕਿੰਨਾ ਕੁ ਪੜਿਆ ਹੋਣਾ ਚਾਹੀਦਾ ਮਤਲਬ ਪੜਿਆ ਲਿਖਿਆ ਤਾਂ ਚਲੋ ਵਧੀਆ ਹੀ ਹੋਣਾ ਚਾਹੀਦਾ ਬਟ ਫੋਰਨ ਸੈਟ ਹੋਣਾ ਚਾਹੀਦਾ ਪੀਆਰ ਹੋਵੇ ਤੇਰਾ ਦੂਰ ਨਹੀਂ ਕੈਨੇਡਾ ਸਾਡੇ ਪਿੰਡ ਤੋਂ ਕੈਨੇਡਾ ਨਹੀਂ ਜਾਣਾ ਹੈਗਾ ਅੱਛਾ ਅੱਛਾ ਹੋਰ ਕੋਈ ਵੀ ਕੰਟਰੀ ਇਟਲੀ ਯੂਕੇ ਆਸਟ੍ਰੇਲੀਆ ਕਿੱਧਰ ਵੀ ਚੱਲ ਸਕਦਾ ਬਸ ਬਾਹਰ ਦਾ ਹੋਣਾ ਚਾਹੀਦਾ ਮਤਲਬ ਬਾਈ ਤੁਸੀਂ ਬਾਹਰ ਦੇ ਤਾਂ ਨਹੀਂ ਨਾ ਨਾ ਵੀਰੇ ਤੁਸੀਂ ਇੱਧਰ ਦੇ ਹੀ ਇੱਧਰ ਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੱਕ ਨਾ ਮੈਮ ਕਿਹਾ ਜਾਂਦਾ ਵੀ ਮੁੰਡਾ ਕੁੜੀ ਦੋਸਤ ਨਹੀਂ ਹੋ ਸਕਦੇ ਤੁਹਾਨੂੰ ਲੱਗਦਾ ਇਦਾਂ ਨਹੀਂ ਮੁੰਡਾ ਕੁੜੀ ਬਹੁਤ ਵਧੀਆ ਦੋਸਤ ਹੋ ਸਕਦੇ ਆ ਮੇਰੇ ਵੀ ਬਹੁਤ ਅੱਛੇ ਫਰੈਂਡਸ ਆ ਜਿਹੜੇ ਮੇਲ ਆ ਜਿਵੇਂ ਇਹ ਹੈ ਮੇਰਾ ਬਹੁਤ ਅੱਛਾ ਫਰੈਂਡ ਹੈ ਹੋਰ ਵੀ ਹੈਗੇ ਆ ਠੀਕ ਹੈ ਠੀਕ ਹੈ ਤੁਹਾਨੂੰ ਕੀ ਲੱਗਦਾ ਜੀ ਹੋਣੇ ਚੰਦੇ ਹੈ ਜੀ ਦੋਸਤ ਹੈ ਯਾਰ ਦੋਸਤੀ ਬੈਠੀ ਮੇਰੇ ਨਾਲ ਅੱਛਾ 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 ਤੇ ਬਾਈ ਦੋਸਤ ਨੂੰ ਕਦੇ ਇਦਾਂ ਵੀ ਕਿਹਾ ਯਾਰ ਕੋਈ ਮੁੰਡਾ ਕਹਿ ਰਿਹਾ ਸਾਰੀ ਕੁੜੀ ਫਸਵਾ ਦੇ ਕਹਿਦੀ ਤਾਂ ਕਰਾਂਦੀਆਂ ਨਹੀਂ ਯਾਰ ਸੈਟ ਕਰਾਉਂਦੇ ਕਿਉਂ ਤੁਸੀਂ ਇੰਨੀ ਮਤਲਬ ਉਹ ਕੀ ਲੈਂਦੇ ਹੋ ਮਤਲਬ ਆਪਣੇ ਦੋਸਤਾਂ ਦਾ ਪਤਾ ਹੁੰਦਾ ਨਾ ਵੀ ਦੂਜੀ ਕੁੜੀ ਬਗਾਨੀ ਅੱਛਾ ਬਗਾਨੀ ਦੀ ਰੋਲ ਦੇਗੀ ਅੱਛਾ ਅੱਛਾ ਸਮਝ ਗਿਆ ਮੈਂ ਤੁਹਾਡੀ ਗੱਲ ਬਾਈ ਇੱਕ ਵਿਆਹ ਦਾ ਫਾਇਦਾ ਤੇ ਦੋ ਨੁਕਸਾਨ ਮੈਂ ਦੋ ਜਾਣ ਕੇ ਬੋਲੇ ਕਿਉਂਕਿ ਨੁਕਸਾਨ ਜ਼ਿਆਦਾ ਹੈ ਹਾਂਜੀ ਕਿਹੜੀ ਚੀਜ਼ ਵਿਆਹ ਦੇ ਇੱਕ ਫਾਇਦਾ ਦੋ ਨੁਕਸਾਨ ਕਿਹੜੇ ਭਾਜੀ ਕੀ ਫਾਇਦਾ ਫਾਇਦਾ ਹੁਣ ਸਾਨੂੰ ਕਿਆ ਪਤਾ ਸਾਡਾ ਤਾਂ ਵਿਆਹ ਹੋਇਆ ਹੀ ਨਹੀਂ ਫਾਇਦਾ ਕਿਆ ਦੱਸੀ ਇਹ ਤਾਂ ਤੁਸੀਂ ਇਹਨੇ ਵੀ ਨਦਾਨ ਨਾ ਬਣੋ ਨਾ ਸਾਰਾ ਕੁਝ ਤਾਂ ਤੁਹਾਨੂੰ ਪਤਾ ਹੀ ਹੈ ਫਾਇਦਾ ਹੀ ਉਹਨਾਂ ਨੂੰ ਤਾਜੀ ਗਰਮਾ ਗਰਮ ਰੋਟੀ ਮਿਲ ਜਾਂਦੀ ਸਾਨੂੰ ਖਾਣੇ ਪੈਂਦੀ ਜਾ ਕੇ ਆਪ ਚੱਕ ਕੇ ਓਕੇ ਔਰ ਕੱਪੜੇ ਤੋਂ ਇਹ ਤਾਂ ਇਹ ਮਿਲ ਜਣੇ ਪ੍ਰੈਸ ਹੋਏ ਮਿਲ ਜਣੇ ਫਾਇਦਾ ਹੀ ਹੈ ਨੁਕਸਾਨ ਇਹ ਹੈ ਵੀ ਬਈ ਆਪਣਾ ਕਿੱਥੇ ਕੰਮ ਕਰਦੇ ਤੁਸੀਂ ਮੈਂ ਭਾਜੀ ਘਰੇ ਹੀ ਹੈ ਹੈ ਅਨੰਦਪੁਰ ਸਾਹਿਬ ਆ ਘਰ ਮੇਰਾ ਅਨੰਦਪੁਰ ਸਾਹਿਬ ਵੀਰੇ ਆਪਣਾ ਕੰਮ ਵਾਲੀ ਰੱਖ ਲਿਓ ਵੀਰੇ ਹੈ ਕੰਮ ਵਾਲੀ ਰੱਖ ਲਿਓ ਫਿਰ ਤਾਂ ਵਧੀਆ ਕੰਮ ਵਾਲੀ ਰੱਖਣ ਪੈਣੀ ਜਿਹੜਾ ਹਿਸਾਬ ਹੈ ਸੇਲੀਆਂ ਨਾਲ ਘਰ ਵਾਲੀਆਂ ਨਾਲ ਤਾਂ ਕੰਮ ਵਾਲੀ ਸਹੀ ਹੈ ਅੱਛਾ ਬਈ ਨੁਕਸਾਨ ਨੁਕਸਾਨ ਹੀ ਆ ਭਾਜੀ ਡਬਲ ਡਬਲ ਖਰਚੇ ਉਹ ਦੁਖੀ ਕਰ ਰੱਖਦੀਆਂ ਜਨਾਨੀਆਂ
ਜੇ ਤਾਂ ਮਤਲਬ ਮੈਡਮ ਜਿਵੇਂ ਕਮਾਉਂਦੀ ਹੈ ਜੇ ਕਮਾਉਂਦਾ ਹੋਏ ਸਾਹਮਣੇ ਵਾਲਾ ਪਾਰਟਨਰ ਫਿਰ ਤਾਂ ਔਖਾ ਨਹੀਂ ਹੈ। ਅੱਛਾ ਮਤਲਬ ਆਪਣੇ ਬੋਏਫ੍ਰੈਂਡ ਤੇ ਖਰਚਾ ਕਰੋਗੇ ਜੇ ਬਣ ਗਿਆ ਕਦੇ? ਹਾਂ ਖੁੱਲਾ ਭਾਵੇਂ ਉਹ ਕੁਛ ਵੀ ਨਾ ਕਮਾਉਂਦਾ ਹੋਵੇ। ਹਾਂ ਜੀ ਹੋਰ ਤੁਸੀਂ ਆਪ ਤਾਂ ਕਿਹਾ ਹੈ ਕਿ ਉਹ ਸੈਟਲ ਹੋਵੇ ਉਧਰ ਹੋਵੇ ਜੇ ਨਹੀਂ ਕਮਾਉਂਦਾ ਹੋਗਾ मैं ਉਹਦੇ ਲਈ ਗਿਫਟ ਹੀ ਹੋਊਂਗੀ। ਓਏ ਇਹ ਜੇ ਮੁੰਡਾ ਕਹਦੇ ਨਾ ਫਿਰ ਦੂਰ ਕਹਿੰਦੇ ਦੁਰ ਫਿੱਟੇ ਮੂੰਹ ਤੇਰੇ, ਤੂੰ ਹੀ ਗਿਫਟ ਰਹਿ ਗਿਆ, ਤੇਰਾ ਮੈਂ ਗਿਫਟ ਦਾ ਕੀ ਕਰਨਾ ਹੈ, ਤੈਨੂੰ ਤਾਂ ਮੈਂ ਰੋਜ਼ ਦੇਖਦੀ ਆ, ਇਦਾਂ ਦੇ ਸਵਾਲ ਆਉਂਦੇ ਹੁੰਦੇ ਆ ਫਿਰ। ਅੱਛਾ ਮੈਮ ਜੇ ਨਾ ਫੋਰ ਐਗਜ਼ਾਮਪਲ ਤੁਹਾਡੇ ਮੂਰੇ ਆ ਗਿਆ ਅਲਾਦੀਨ ਦਾ ਚਿਰਾਗ, ਸਾਹਮਣੇ ਖੜਾ ਹੈ ਮੇਰਾ ਕੈਮਰਾਮੈਨ, ਅਲਾਦੀਨ ਦਾ ਚਿਰਾਗ ਹੀ ਹੈ, ਜੇ ਉੱਥੋਂ ਤਿੰਨ ਚੀਜ਼ਾਂ ਮੰਗਣੀਆਂ ਤਾਂ ਕੀ ਮੰਗੋਗੇ ਉੱਧਰ ਦੇਖ ਕੇ? ਤਿੰਨ ਚੀਜ਼ਾਂ ਮੰਗਣੀਆਂ, ਯੈਸ मेरी फैमिली हमेशा खुश रहे, तो पहला यही मंगूंगी मैं, ते जरा मेरा फ्यूचर है जो हो जाए मैंने चाहिए जाए और जाए हो जाए सेट। ठीक है जी, ठीक है, ते बाकी मैं सरबत दा भला ही मंगूंगी। हाय 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 सरबत दा भला, ए नर्स वाला आ पता लग गया। हां जी तुसी ब्रेक ब्रेक बनाउन आए हो, उधर देखो उधर देखो। हां जी हां जी हां जी, ब्रेक प्रोग्राम चल रहा है, बीच में आ गए तो अब ब्रेक पड़ गई है। वीरे तुसी क्या मंगोगे? तीन चीजां बस भाई, कहना बस पहला था सहेली सुली मिल जावे कोई। अच्छा सहेली सुली मिल जावे कोई, ठीक है। बाकी सरबत ਦਾ ਭਲਾ ਇਹ ਤਾਂ ਹੈ ਹੀ ਹੈ, ਉਹ ਤਾਂ ਸਾਰੇ ਹੀ ਮੰਗਦੇ ਨਾ। ਸਰਬਤ ਦਾ ਨਾ ਭਲਾ ਤੁਸੀਂ ਆਪਣੇ ਲਈ ਮੰਗੋ, ਆਪਣਾ ਹੀ ਭਲਾ ਹੋ ਜਾਵੇ ਪਹਿਲੇ। ਆਪਣਾ ਭਲਾ ਮਤਲਬ ਕਿਵੇਂ ਹੋਊਗਾ? ਉਹੀ ਤਾਂ ਕਹਿ ਰਿਹਾ, ਬਸ ਕੋਈ ਨੌਕਰੀ ਨੌਕਰੀ ਮਿਲ ਜੇ। ਅੱਛਾ ਨੌਕਰੀ ਨੌਕਰੀ ਮਿਲ ਜੇ, ਤੋ ਨੌਕਰੀ ਮਿਲ ਜੇ ਵਧੀਆ ਜੀ। ਨੌਕਰੀ ਤਾਂ ਪਹਿਲੀ ਹੋ ਗਈ, ਨੌਕਰੀ ਹੋ ਗਈ ਤੀਜੀ? ਤੀਜੀ ਆ ਬਸ ਆਹੀ ਆ, ਤੀਜੀ ਬਸ। ਤੇਰਾ ਇੰਟਰਵਿਊ ਵਧੀਆ ਚੱਲੇ, ਤੇਰਾ ਚੈਨਲ ਵਧੀਆ ਚੱਲੇ ਭਾਜੀ। ਨਾ ਨਾ ਉਹ ਹਾਂ ਮਤਲਬ ਚੈਨਲ ਵਧੀਆ ਚੱਲੇ ਤੁਹਾਡਾ, ਚੱਲੇ ਚੱਲੇ ਮੈਂ 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 ਵਧੀਆ ਚੱਲਾ। ਹਾਂ ਠੀਕ ਹੈ, ਨਹੀਂ ਚੈਨਲ ਵੀ ਵਧੀਆ ਚੱਲੂਗਾ ਤਾਂ ਹੀ ਚੱਲੂਗਾ। ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਮੈਡਮ ਜੇ ਫੋਰ ਐਗਜ਼ਾਮਪਲ ਤੁਹਾਡਾ ਕੋਈ ਐਕਸ ਰਿਹਾ ਕਿਤੇ? ਨਹੀਂ ਮੈਡਮ, ਕਹਿੰਦੇ ਮੈਡਮ ਤਾਂ ਇੱਕ ਵਾਰ ਸੋਚ ਆ ਗਈ ਤੇ ਐਕਸ ਵਾਈ ਜ਼ੈਡ ਕੀ ਆ ਗੱਲਾਂ ਕਰੀ ਜਾਂਦੇ, ਸਾਰੀ ਉਮਰ ਕੀਤਾ ਹੀ ਇਹੀ ਕੁਛ ਹੈ, ਤੁਸੀਂ ਦੱਸੋ। ਨਹੀਂ ਭਾਜੀ ਨਹੀਂ ਭਾਜੀ, ਇਹ ਹਾਂ ਕਿਉਂਕਿ ਨਹੀਂ ਜਿਹੜਾ ਬੋਲਦਾ ਤਾਂ ਤੂੰ ਕੋਈ ਚੱਕਰ ਮੇਰੇ ਆਈ ਹੈ, ਚਲੋ ਸਮਝ ਗਏ। ਅੱਛਾ ਮਤਲਬ ਮੈਮ ਅਗਰ ਫੋਰ ਐਗਜ਼ਾਮਪਲ ਉਹ ਕਹੇ ਕਿ ਯਾਰ ਮੈਂ ਵਾਪਸ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਾ ਚਾਹੁੰਦਾ, ਤੇ ਆਣ ਦੋਗੇ? ਆਇਆ ਹੋਇਆ ਹੈ ਫਿਰ ਵਾਪਸ ਐਜ਼ ਅ ਫਰੈਂਡ, ਵਧੀਆ ਗੱਲ ਕਰਦਾ ਫਿਰ। ਇਹ ਤਾਂ ਨਹੀਂ, ਨਹੀਂ ਅੱਛਾ ਅੱਛਾ ਨਹੀਂ ਹੈ, ਇਹ ਤਾਂ ਫਰੈਂਡ ਹੈ। ਓਕੇ ਓਕੇ, ਤੇ ਮਤਲਬ ਉਹ ਨਹੀਂ ਵਾਪਸ ਨਹੀਂ ਆ ਸਕਦੀ, ਉਹੀ ਗੱਲ ਹੈ ਨਾ, ਜਿਹੜੀ ਪਹਿਲੀ ਵਾਰ ਗੱਲ ਹੁੰਦੀ ਹੈ ਦੂਜੀ ਵਾਰ ਤਾਂ ਨਹੀਂ ਬੋਲਣੀ। ਹਾਂ ਉਹ ਯਾਰ ਸਾਈਡ ਹੋਈ ਯਾਰ, ਇੱਕ ਮਿੰਟ ਦੋ ਮਿੰਟ ਲਈ ਸਾਈਡ ਹੋ ਨਾ, ਤੇਰੇ ਕੋਲ ਵੀ ਉਹ ਲੈ ਕੇ ਦਿੱਤਾ ਜੂਸ, ਪੀਏ ਜੂਸ ਬਾਉ ਲੈ ਫਿਰ ਆਰਡਰ ਕਰ, ਕਰਦੇ ਕਰਦੇ ਜਾ ਕੇ ਭਾਗ ਜਾ ਭਾਗ ਜਾ। ਚੱਲ ਚਲੋ ਥੈਂਕ ਯੂ ਮੈਡਮ, ਮੈਨੂੰ ਲੱਗਦਾ ਇਹਨਾਂ ਨੇ ਵੀ ਮਤਲਬ ਥੋੜਾ ਜਿਹਾ ਸੌਂਹ ਖਾ ਲਈ ਵੀ ਸਾਨੂੰ ਇੰਟਰਵਿਊ ਲੈਣ ਨਹੀਂ ਦੇਣਗੇ, ਪਰ ਕੋਈ ਗੱਲ ਨਹੀਂ ਅਸੀਂ ਵੀ ਲੈ ਲਿਆ। ਥੈਂਕ ਯੂ ਮੈਡਮ, ਥੈਂਕ ਯੂ। ਹੋਰ ਵੀਰੇ ਕੀ ਹਾਲ ਹੈ? ਵਧੀਆ ਵੀਰ ਜੀ, ਵਧੀਆ। ਆਏ ਹਾਏ ਹਾਏ, ਮੁੱਛਾਂ ਸ਼ੌਂਕ ਨੂੰ ਕਟਾਈਆਂ, ਹੁੰਡੀਆਂ ਲੋਕ ਕਵੈਲੀ ਕਹਿਣ ਲੱਗ ਪਏ। ਸਹੀ ਗੱਲ ਹੈ ਜੀ, ਇਹਨਾਂ ਦੀ ਗੱਲਬਾਤ ਹੈ ਬਿਲਕੁਲ ਜੀ, ਬਿਲਕੁਲ ਬਿਲਕੁਲ ਹੈਗੀ ਹੈ। ਤੇ ਵੀਰੇ ਤੁਹਾਡੇ ਕੀ ਹਾਲ ਹੈ ਜੀ? ਵਧੀਆ ਵੀਰੇ, ਵਧੀਆ। ਓਕੇ ਓਕੇ, ਮੁੱਛਾਂ ਦਾ ਇੱਧਰ ਵੀ ਰਾਉਂਡ ਰਾਉਂਡ ਅਬਾਊਟ ਵਾਲੀ ਗੋਲ ਚੌਂਕ ਵਾਲੀ ਮੁੱਛਾਂ ਹੈ ਇੱਧਰ ਵੀ। ਹੋਰ ਵੀਰੇ ਤੁਹਾਡੇ ਕੀ ਹਾਲ ਹੈ? ਵਧੀਆ ਜੀ, ਵਧੀਆ ਹੈ, ਵਧੀਆ ਹਨ, ਵਧੀਆ ਹਨ। ਤੇ ਵੀਰੇ ਇੱਧਰ ਮਤਲਬ ਤੁਸੀਂ ਪਵਨ ਚਰਨ ਪਾਏ ਆਪਣੇ 3B2 ਮਾਰਕੀਟ ਦੇ ਵਿੱਚ, ਕੀ ਕਾਰਨ ਹੋ ਗਿਆ ਵੀਰੇ? ਬਸ ਵੈਸੇ ਖਾਣ ਪੀਣ ਆਏ ਸੀਗੇ ਵੀਰ। ਖਾਣ ਪੀਣ ਆਏ ਹੋ? ਹਾਂਜੀ ਹਾਂ, ਬਸ ਚਾਹ ਚੂ ਪੀਣ। ਅੱਛਾ ਚਾਹ ਚੂ ਪੀਣ, ਬਈ ਚਾਹ ਹੁੰਦੀ ਹੈ ਜਾਂ ਚੂ ਹੁੰਦੀ ਹੈ? ਚਾਹ ਅੱਛਾ ਚਾਹ ਚਾਹ ਬਈ ਚਾਹ ਬਈ ਚੂ ਦਾ ਵੀ ਟਾਈਮ ਚਾਹ ਹੁੰਦਾ। ਅੱਛਾ ਜੀ, ਚਾਹ ਪੀਣ ਦਾ ਚਾਹ ਹੁੰਦਾ। ਓਕੇ, ਚਾਹ ਪੀਣ ਦਾ ਇਹ ਚਾਹ ਕਿਉਂ ਹੁੰਦਾ ਵੀਰੇ? ਵੀਰੇ ਥੋੜਾ ਹੁੰਦਾ ਆਪਣਾ ਸਰੀਰ ਸ਼ੁਰ ਖੁੱਲਿਆ ਰਹਿੰਦਾ ਚਾਹ ਚੂ ਪੀ ਕੇ। ਅੱਛਾ ਉਹ ਤਾਂ ਚਾਹ ਨਾਲ ਜੇ ਕੁਝ ਹੋਰ ਵੀ ਜਾਵੇ ਤਾਂ ਖੁੱਲਿਆ ਰਹਿੰਦਾ, ਐ ਨਹੀਂ ਖੁੱਲਿਆ ਰਹਿੰਦਾ? ਆਪਣਾ ਚਾਹ ਨਾਲ ਹੀ ਖੁੱਲਿਆ ਰਹਿੰਦਾ। ਓਕੇ ਓਕੇ, ਚਾਹ ਨਾਲ ਖੁੱਲੇ ਰਹਿੰਦੇ ਬਾਈ ਤੁਹਾਡਾ? ਬਾਜੀ ਚਾਹ ਨਾਲ ਹੀ। ਓਕੇ ਓਕੇ ਓਕੇ, ਠੀਕ ਹੈ ਠੀਕ ਹੈ, ਸਕੀਨ ਹੈ ਜੀ ਆਪਾਂ ਦਾ। ਠੀਕ ਹੈ ਬਾਈ, ਆਪਣਾ ਗੇੜੀ ਗੁੜੀ ਵੀ ਮਾਰਦੇ ਹੋ ਕਿ ਨਹੀਂ? ਗੇੜੀ ਮਾੜੀ ਮੋਟੀ ਮਾਰ ਲਈਦੀ ਹੁੰਦੀ। ਮਾੜੀ ਮੋਟੀ ਮਾਰ ਲੈਨੇ ਬਾਈ, ਇਹ ਮਾੜੀ ਵੱਜਦੀ ਹੁੰਦੀ ਜਾਂ ਮੋਟੀ ਵੱਜਦੀ ਹੁੰਦੀ ਹੈ, ਇਹ ਤਾਂ ਥੋੜਾ ਜਿਹਾ ਵਿੱਚ ਵਿੱਚ ਵਾਲਾ ਕੰਮ ਹੋ ਗਿਆ। ਇੰਨੀ ਤਾਂ ਹੁਣ ਬਾਹਰ ਆਏ ਆ, ਥੋੜਾ ਬਹੁਤਾ ਗੇੜੀ ਹੋਏ ਜਾਂਦੀ ਹੈ। ਅੱਛਾ ਅੱਛਾ, ਹੋਣੀ ਚਾਹੀਦੀ ਹੈ। ਤੇ ਵੀਰੇ ਫਿਰ ਮਤਲਬ ਗੇੜੀ ਮਾਰ ਕੇ ਕੁਝ ਹਾਸਲ ਪ੍ਰਾਪਤੀ ਹੁੰਦੀ ਹੈ ਬਾਈ, ਤੇਲੀ ਫੂਕਿਆ ਜਾ ਰਿਹਾ? ਨਹੀਂ ਨਹੀਂ, ਆਪਾਂ ਸੰਡੇ ਦੀ ਸੰਡੇ ਥੋੜਾ ਬਹੁਤਾ ਵੀ ਬਾਹਰ ਘੁੰਮਣਾ ਚਾਹੀਦਾ, ਥੋੜਾ ਨਾ 6 ਦਿਨ ਆਪਾਂ ਜੌਬ ਤੇ ਹੋਈਦਾ। ਅੱਛਾ, ਕਿਹੜੀ ਜੌਬ ਕਰਦੇ ਬਾਈ? ਆਪਾਂ ਮਕੈਨੀਕਲ ਕਰਦੇ ਹਾਂ। ਅੱਛਾ ਮਕੈਨੀਕਲ ਜੌਬ ਕਰਦੇ ਬਾਈ, ਤੁਸੀਂ ਕੀ ਕਰਦੇ ਹੋ? ਮੈਂ ਟਰੱਕਿੰਗ ਡਿਸਪੈਚ ਮੈਨੇਜਰ ਹਾਂ। ਟਰੱਕਿੰਗ? ਓ ਮਾਈ ਗੋਡ, ਯੂ ਐਸ ਦੀ ਜੌਬ ਕਰਦਾ ਹਾਂ, ਟਰੱਕਿੰਗ ਕੰਪਨੀ। ਅੱਛਾ, ਮੈਂ ਡਿਸਪੈਚ ਮੈਨੇਜਰ ਹਾਂ। ਓਕੇ, ਤੇ ਬਾਈ ਤੁਸੀਂ? ਬਾਈ ਬੈਂਕ ਚ।
ਬੈਂਕ ਚੋਂ ਹਾਂਜੀ ਬਾਈ ਸੱਚੀ ਯਾਰ ਦਿਲ ਤੋਂ ਖੁਸ਼ੀ ਹੈ ਕਿ ਕਿਸੇ ਪੰਜਾਬੀ ਨੇ ਬੋਲਿਆ ਬਈ ਕੋਈ ਮਤਲਬ ਕਿਆ ਕਰਦੇ ਤੁਸੀਂ ਮਕੈਨਿਕਲ ਕੋਈ ਬੈਂਕ ਚ ਕਰਦਾ ਨਹੀਂ ਤਾਂ ਸਾਰੇ ਕਹਿੰਦੇ 6 ਦਿਨ ਵਿਹਲੇ 7ਵੇਂ ਦਿਨ ਆਫ ਉਹ ਵੀ ਬੰਦਾ ਗੱਲਾਂ ਸੁਣ ਕੇ ਬੋਰ ਹੋ ਜਾਂਦਾ ਹੁੰਦਾ ਤੇ ਬਾਈ ਫਿਰ ਵਿਆਹ ਹੋ ਗਿਆ ਆਪਣਾ ਹਾਂਜੀ ਫਿਰ ਹੋ ਗਿਆ ਜੀ ਓਹੋ ਇਹ ਤਾਂ ਪੱਟੇ ਗਏ ਵੀਰ ਆਪਣਾ ਰੇਂਜ ਕੀ ਲਵ ਮੇਰੇ ਚਿਹਰੇ ਤੇ ਤੁਹਾਨੂੰ ਸਮਾਈਲ ਨੀ ਦਿਖ ਰਹੀ ਦਿਖ ਰਹੀ ਤੁਹਾਨੂੰ ਭਾਜੀ ਉਹ ਬੜੀ ਇਹ ਤਾਂ ਨਕਲੀ ਹੈ ਇਹ ਤੁਹਾਨੂੰ ਪਤਾ ਵੀ ਚਲੋ ਚਾਰ ਭਾਈ ਕਹਿੰਦਾ ਮੈਂ ਕਲੀਅਰ ਕਰਦਾ ਮੈਂ ਖੁਸ਼ ਹਾਂ 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 ਖੁਸ਼ ਹੋ ਤੁਸੀਂ ਖੁਸ਼ ਹੋ ਤੇ ਬਾਈ ਯਾਰ ਮਤਲਬ ਫਿਰ ਏਦਾਂ ਦਾ ਹੋਇਆ ਕਿ ਮਤਲਬ ਪੁੱਛ ਵੀ ਨਾ ਕਿਹਾ ਹੋਏ ਸਾਹਮਣੇ ਤੋਂ ਵੈਸੇ ਹੀ ਮਤਲਬ ਥੋੜਾ ਜਿਹਾ ਲੜਾਈ ਹੋ ਗਈ ਹੋਗੀ ਉਹ ਤਾਂ ਨੋਕ ਤੋਕ ਮਾੜੀ ਮੋਟੀ ਚੱਲਦੀ ਹੋ ਰਹਿੰਦੀ ਹੈ ਮਾੜੀ ਮੋਟੀ ਤਾਂ ਹੋ ਜਾਂਦੀ ਫਿਰ ਪਿਆਰ ਵੀ ਬਣਿਆ ਰਹਿੰਦਾ ਜੇ ਨੋਕ ਚੋਕ ਚੱਲੂਗੀ ਤਾਂ ਹੀ ਪਿਆਰ ਬਣਿਆ ਰਹੂਗਾ ਜੇ ਲੜਾਂਗੇ ਤਾਂ ਹੀ ਪਿਆਰ ਹੋਊਗਾ ਹਾਂ ਜੀ ਓਕੇ ਓਕੇ ਬਾਈ ਤੁਹਾਡਾ ਹਾਂਜੀ ਹਾਂ ਚੱਲਦੀ ਰਹਿੰਦੀ ਹੈ ਬਾਈ ਚੱਲਦੀ ਰਹਿੰਦੀ ਹੈ ਹਾਂ ਹਾਂ ਠੀਕ ਹੈ ਬਾਈ ਮਤਲਬ ਜਿਵੇਂ ਕਹਿੰਦੇ ਆ ਸਟੂਸੀ ਯੂ ਨੋ ਸਟੂਸੀ ਹਾਂਜੀ ਹਾਂਜੀ ਸਟੂਸੀ ਰਾਣੀ ਸੁੰਦਰਾ ਹਾਂ ਜੀ ਉਹ ਕਹਿੰਦੇ ਚਾਹ ਬੜੀ ਮਸ਼ਹੂਰ ਹੈ ਪੀਤੀ ਉਧਰ ਦੀ ਨਹੀਂ ਮੈਂ ਤਾਂ ਓਕੇ ਸ਼ਹਿਰੀ ਮਨ ਗਾਣਾ ਗਾਉਂਦਾ ਰਹਿ ਗਿਆ ਪਾ ਕੇ ਵੱਧ ਚੀਨੀ ਕਹਿੰਦੇ ਬੈਠ ਕੰਟੀਨੀ ਪਾ ਕੇ ਵੱਧ ਚੀਨੀ ਪਤਾ ਕੀ ਗੱਲ ਇਹ ਜਿਹੜੇ ਸਟੂਸੀ ਵਗੈਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਹੈਗੇ ਸਾਰੇ ਬਾਹਰਲਿਆਂ ਵਾਸਤੇ ਹਨਾ ਤੇ ਮੈਂ ਹੁਣ ਥੋੜਾ ਜਿਹਾ ਕਦੇ ਉਸ ਤੋਂ ਪਹਿਲਾਂ ਮਤਲਬ ਭਾਬੀ ਤੋਂ ਪਹਿਲਾਂ ਕੋਈ ਐਕਸ ਰਹੀ ਸੀ ਨਹੀਂ ਨਹੀਂ ਆਪਾਂ ਕਦੀ ਏਦਾਂ ਉਹ ਕਰੀ ਨਹੀਂ ਬਸ ਉਦਾਂ ਖਾਣ ਪੀਣ ਦੇ ਸ਼ੌਂਕੀਆਂ ਘੁੰਮਣ ਫਿਰਨ ਦੇ ਬਟ ਏਦਾਂ ਦਾ ਕੋਈ ਉਹ ਨਹੀਂ ਰਿਹਾ ਅੱਛਾ ਖਾਣ ਖਾਣ ਦੇ ਸ਼ੌਂਕੀ ਹੋ ਕਿ ਪੀਣ ਪੀਣ ਦੇ ਵੀ ਸ਼ੌਂਕੀ ਪੀਲੀ ਦਾ ਪਾਣੀ ਪੂਣੀ ਪੀਲੀ ਦਾ ਚਾਹ ਪੀ ਲਈ ਦੀ ਪਾਣੀ ਪੀ ਲੈਂਦੇ ਹੋ ਓਏ ਹੋਏ ਹੋਏ ਪਾਣੀ ਪੀ ਲੈਂਦੇ ਬਾਈ ਇਹ ਤੁਸੀਂ ਕੀ ਪੀ ਲੈਂਦੇ ਵੀਰੇ ਅਸੀਂ ਬਾਈ ਕੋਈ ਆਪਣਾ ਚਾਹ ਪਾਣੀ ਸਾਰਾ ਉਸ ਰੋਟੀ ਸਾਰਾ ਕੁਛ ਰੋਟੀ ਠੀਕ ਹੈ ਠੀਕ ਹੈ ਵੀਰੇ ਇੱਕ ਨਾ ਕਿਹਾ ਜਾਂਦਾ ਗੱਲ ਬਾਈ ਮੁੰਡਾ ਕੁੜੀ ਨਾਲ ਦੋਸਤ ਨਹੀਂ ਰਹਿ ਸਕਦੇ ਤੁਹਾਨੂੰ ਐਕਸਪੀਰੀਅੰਸ ਬਹੁਤ ਹੈ ਆਪਣੀ ਚੋਇਸ ਵੀਰੇ ਤੁਹਾਡੀ ਆਪਕੀ ਹਿੰਦੀ ਕੈਸੀ ਹੈ ਭਾਈ ਜਾਨ ਆਪਕੀ ਹਿੰਦੀ ਕੈਸੀ ਹਮ ਹਿੰਦੀ ਮੇ ਵੀ ਬਾਤ ਕਰੇ ਇੱਕ ਵਾਰ ਕਿਉਂਕਿ ਹਾਸੇ ਟਲ ਜਾਏਗੇ ਮੈਨੇ ਸੁਣਾ ਹੈ ਕਿ ਪੰਜਾਬੀ ਹਿੰਦੀ ਮੇ ਬਾਤ ਕਰਤੇ ਹੈ ਹੈ ਜੀ ਹੈ ਜੀ ਮੈਨੂੰ ਤਾਂ ਜਮਾ ਨਹੀਂ ਨਹੀਂ ਹਿੰਦੀ ਜੀ ਇੱਕ ਵਾਰ ਬੋਲ ਕੇ ਦਿਖਾਓ ਬਾਤ ਕਰਕੇ ਦਿਖਾਓ ਮੈਂ 10ਵੀਂ ਕੇ ਬਾਅਦ ਭਾਈ ਹਿੰਦੀ ਪੜੇ ਹੀ ਨਹੀਂ ਹੈ ਜਮਾ ਵੀ ਪੜੇ ਹੀ ਨਹੀਂ ਹੈ ਜਮਾ ਹੀ ਤੁਸੀਂ ਪੁਆਧੀ ਚ ਬੋਲੋ ਵੀਰੇ ਮੈਂ ਪੁਆਧੀ ਮੇ ਹੀ ਬੋਲ ਰਿਹਾ ਭਾਈ ਅੱਛਾ ਹਮੇ ਹਿੰਦੀ ਲੱਗ ਰਹੀ ਥੀ ਹਿੰਦੀ ਮੈਂ ਪੜੇ ਹੀ ਨਹੀਂ ਹੈ ਜਮਾ ਠੀਕ ਹੈ ਠੀਕ ਹੈ ਮਾਤਾ 33 ਨੰਬਰ ਤੇ ਭਾਈ 33 ਨੰਬਰ ਹਿੰਦੀ ਮਾ ਪੂਰੇ ਪੂਰੇ ਭਾਈ ਪਾਸ ਹੋਏ ਐ ਅੱਛਾ ਅੱਛਾ ਬੜੀ ਕੀ ਛੋਟੀ ਕੀ ਮਾਤਰਾ ਨਹੀਂ ਸਮਝ ਆਉਂਦੀ ਮੈਨੂੰ ਨਹੀਂ ਆਉਂਦੀ ਭਾਈ ਸਿਹਾਰੀ ਪਿਆਰੀ ਸਮਝ ਆ ਜਾਂਦੀ ਹੈ ਹਾਂ ਸਿਹਾਰੀ ਪਿਆਰੀ ਸਿਹਾਰੀ ਪਿਆਰੀ ਤੇ ਭਾਈ ਉਹ ਆਪਣਾ ਹਿੰਦੀ ਦਾ ਤਾਂ ਤੇ ਪੜ ਵੀ ਨਹੀਂ ਹੁੰਦੀ ਪੜ ਵੀ ਨਹੀਂ ਹੁੰਦੀ ਹਿੰਦੀ ਓਹੋ ਬਹੁਤ ਨੌਖਾ ਫਿਰਦਾ ਕੇ ਤੇ ਪਤਾ ਨਹੀਂ ਕਿਆ ਆਂਦੀ ਨਹੀਂ ਮਾਰੇ ਮਤਲਬ ਕੀ ਨਹੀਂ ਹੈ ਬਾਈ ਤੇ ਬਾਈ ਆਪਣਾ ਫੋਰ ਐਗਜ਼ਾਮਪਲ ਨਾਮ ਕੀ ਬਾਈ ਆਪਣਾ ਮੇਰਾ ਨਾਮ ਹਿਮਾਂਸ਼ੂ ਸ਼ਰਮਾ ਜੇ ਫੋਰ ਐਗਜ਼ਾਮਪਲ ਹਿਮਾਂਸ਼ੂ ਦੇ ਸਪੈਲਿੰਗ ਹਿੰਦੀ ਦੇ ਵਿੱਚ ਲਿਖਣੇ ਹੋਵੇ ਥੋੜਾ ਸਮਝਾਓਗੇ ਨਹੀਂ ਬਾਈ ਜਿਵੇਂ ਹ ਤੋਂ ਸ਼ੁਰੂ ਕਰ ਦੋ ਹ ਹਿਮਾਂਸ਼ੂ ਛੋਟੀ ਮਾਂ ਹਿਮਾਂਸ਼ੂ ਹਾਂਜੀ ਸਰ ਦੱਸੋ ਆਹੇ ਨੂੰ ਸਿਆਰੀ ਮੰਮੇ ਨੂੰ ਕੰਨਾ ਸੱਸੇ ਪੈਰ ਬਿੰਦੀ ਉਹ ਤਲੰਕੜ ਹਿਮਾਂਸ਼ੂ ਤਲੰਕੜ ਅੱਛਾ ਕਿਧਰੋ ਤਲੰਕੜ ਇਹ ਭਾਜੀ ਵੀ ਪਿੱਛੇ ਤਲੰਕੜ ਲੱਗ ਰਹੇ ਨੇ ਇਹ ਸਾਡੇ ਉੱਪਰ ਚੜਾ ਦੇਣ ਸੋ ਥੈਂਕ ਯੂ ਵੀਰੇ ਹੋਰ ਵੀਰੇ ਕੀ ਹਾਲ ਹੈ ਵਧੀਆ ਵਧੀਆ ਨੇ ਪੱਕੀ ਗੱਲ ਹੈ ਇੱਕ ਨੰਬਰ ਬਾਈ ਇੱਕ ਨੰਬਰ ਬਾਈ 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 ਕਹਿੰਦਾ ਇੱਕ ਨੰਬਰ ਬਾਈ ਤੁਹਾਡੇ ਕਿਵੇਂ ਨੇ ਠੀਕ ਹੈ ਤੁਹਾਡੇ ਕਿਵੇਂ ਨੇ ਬਾਈ ਜੀ ਇੱਕ ਨੰਬਰ ਓਹੋ ਸਾਰਿਆਂ ਦੇ ਇੱਕ ਨੰਬਰ ਹੈ ਦੋ ਤਿੰਨ ਨੰਬਰ ਕੋਈ ਹੈਗਾ ਹੀ ਨਹੀਂ ਸਾਰੇ ਪਹਿਲੇ ਨੰਬਰ ਤੋਂ ਪਾਸ ਹੋਣਗੇ ਜੀ
ਮਾਹੌਲ ਇੱਕ ਨੰਬਰ ਹੈ। ਅੱਛਾ ਮਾਹੌਲ ਕਿਵੇਂ ਮਾਹੌਲ ਇੱਕ ਨੰਬਰ ਹੈ, ਮੈਨੂੰ ਤਾਂ ਕੋਈ ਮਾਹੌਲ ਲੱਗ ਨਹੀਂ ਰਿਹਾ, ਗਰਮੀ ਬਹੁਤ ਪੈ ਰਹੀ ਹੈ। ਹੈ ਆ ਮੇਰੇ ਕਰਕੇ ਤਾਂ ਮਾਹੌਲ ਬਣ ਗਿਆ ਹੋਵੇ ਤਾਂ ਬਣ ਗਿਆ ਹੋਵੇ, ਬਾਕੀ ਤਾਂ ਮਾਹੌਲ ਤਾਂ ਜ਼ੀਰੋ ਹੀ ਚੱਲ ਰਿਹਾ ਇੱਥੇ। ਕਿਉਂ ਵੀਰੇ? ਅੱਛਾ ਭਾਈ ਹੋਰ ਮਾਹੌਲ ਤੋਂ ਕਿਆ ਸਪਸ਼ਟ ਕਰਨਾ ਚਾਹੋਗੇ? ਥੋੜਾ ਤਾਂ ਬਣਿਆ, ਇਹਨਾਂ ਨੇ ਕੁਝ ਖਾਧਾ ਹੈ। ਅੱਛਾ ਕੀ ਖਾਧਾ, ਥੋੜਾ ਜਿਹਾ ਐਕਸਪਲੇਨ ਕਰੋ ਉਹਨਾਂ ਨੂੰ, ਪੁੱਛੋ। ਇਹ ਤਾਂ ਅੱਜ ਮੈਂ ਸੋਰੀ ਭੁੱਲ ਹੀ ਗਿਆ ਸੀ, ਇਹ ਤੇ ਇਦਾਂ ਦੀਆਂ ਗੱਲਾਂ ਵੀ ਆਣ ਗਈਆਂ। ਉਹ ਹੋ ਠੀਕ ਖਾਧਾ ਹੈ। ਅੱਛਾ ਕੀ ਖਾ ਬੈਠੇ ਹੋ ਵੀਰੇ? ਇਦਾਂ ਦਾ ਕਿਆ ਖਾ ਬੈਠੇ ਹੋ ਜਿਹੜਾ ਤੁਹਾਡੀ ਸਕਿਰਲ ਔਨ ਫਲਾਵਰ ਕਾਟੋ ਫੁੱਲਾਂ ਤੇ ਹੈ? ਯਾਰੀ ਚੰਡੀਗੜ੍ਹ ਵਾਲੀਆਂ ਨੇ ਤੇਰੀ ਕਰਾ ਗਈ ਹੱਥ ਯਾਰ ਤੇ ਖੜੇ। ਇੱਕੋ ਸੀ ਉਹ ਵੀ ਛੱਡ ਗਈ। ਤੁਹਾਡੀ? ਉਹਨਾਂ ਦੀ। ਓਕੇ ਬਾਈ, ਤੁਹਾਡੀਆਂ ਕਿੰਨੀਆਂ ਤੁਸੀਂ ਆਪ ਦਾ ਦੱਸੋ। ਹੈਗੀ ਨੀ? ਇਹ ਨੀ ਹੋ ਸਕਦਾ, ਪੱਕੀ ਗੱਲ ਹੈ ਬਾਈ ਤੁਹਾਡੀ ਹੈਗੀ ਹੈ? ਬਾਈ ਭਾਜੀ ਤਾਂ ਦੂਜੇ ਦੂਰੇ ਬੋਲ ਦਿੰਦਾ, ਕਹਿੰਦਾ ਨਾ ਨਾ ਮੇਰੇ ਕੋਲ ਆਈ ਯਾਰ, ਨਾ 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 ਮੇਰੇ ਕੋਲ ਆਈ, ਤੂੰ ਦੂਰੋਂ ਹੀ ਕਹਦੇ ਹਾਂ ਨਹੀਂ ਹੈਗੀਆਂ। ਬਾਈ ਆਪਣਾ ਜੇ ਫੋਰ ਐਗਜ਼ਾਮਪਲ ਸਹੇਲੀ ਹੈਗੀ ਹੈ ਤੇ ਸਹੇਲੀ ਦਾ ਕੋਈ ਬੈਸਟ ਫਰੈਂਡ ਵੀ ਹੈਗਾ? ਨਹੀਂ ਨਹੀਂ। ਹਾਂ ਯੂ ਆਰ ਲੱਕੀ ਬ੍ਰੋ, ਯੂ ਆਰ ਲੱਕੀ। ਜੇ ਸਹੇਲੀ ਦਾ ਬੈਸਟ ਫਰੈਂਡ ਨਹੀਂ ਹੈਗਾ ਫਿਰ ਤਾਂ ਬਹੁਤ ਵਧੀਆ ਗੱਲ ਹੈ। ਤੇ ਕਹਿੰਦੇ ਹੈ, ਕਹਿੰਦੇ ਸੁਪਨਾ ਸੀ ਜਾਂ ਮਜ਼ਾਕ ਸੀ ਕੋਈ, ਮੈਂ ਆਸ਼ਕ ਸੀ ਜਾਂ ਜਵਾਕ ਸੀ ਕੋਈ, ਇਹ ਤਾਂ ਦਿਲ ਤੇ ਸੱਟ ਲੱਗੀ ਤਾਂ ਪਤਾ ਲੱਗਿਆ, ਇਹ ਤਾਂ ਸਾਡਾ ਹੀ ਸੱਜਣ ਚਲਾਕ ਸੀ ਕੋਈ। ਕਿਉਂ ਵੀਰੇ ਗੱਲਬਾਤ ਏਦਾਂ ਹੈ? ਕਿਉਂਕਿ ਆਪਣੇ ਹੀ ਕੁਛ ਪਾਉਂਦੇ ਹੁੰਦੇ ਗੇਮਾਂ ਗੁਮਾਂ, ਕਹਿੰਦੇ ਹੁੰਦੇ ਨਾ ਕਿ ਮਾਰਦਾ ਤਾਂ ਆਪਣਾ ਹੀ ਮਾਰਦਾ, ਬਗਨ ਨੂੰ ਕਹਦਾ ਭੇਤ ਹੁੰਦਾ। ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਈਗੋ ਨਹੀਂ ਮਾਰਦੀ ਵੀਰੇ, ਉਸ ਨਾਲ ਦੇ ਮਾਰਦੇ ਹੁੰਦੇ ਆ ਹਮੇਸ਼ਾ ਜਿਹੜੇ ਜਲਦੇ ਹੁੰਦੇ ਆ। ਕਿਉਂ ਮੇਰੇ ਵੀਰ? ਹੋਰ ਵੀਰੇ ਕੀ ਹਾਲ ਹੈ? ਵਧੀਆ ਵਧੀਆ ਵੀਰ। ਓਹੋ ਹੋ ਹੋ, ਇਹ ਜਲੰਧਰ ਵਾਲੀ ਗੱਲ ਜਿਹੜੀ ਤੁਸੀਂ ਆਫ ਕੈਮਰਾ ਦੱਸਦੀ ਨਾ, ਦਿਲ ਖੁਸ਼ ਕਰਦਾ ਜੀ। ਜਲੰਧਰ ਹੋ? ਜਲੰਧਰ ਹੀ ਇਹਦੀ ਵੇਦੀ ਹੁੰਦੀ ਤੁਹਾਨੂੰ ਪਤਾ ਹੀ। ਕਿਉਂ ਜੀ? ਮੈਂ ਕਿਹਾ ਜਲੰਧਰ ਹੀ ਇਹਦੀ ਹੁੰਦੇ ਤੁਹਾਨੂੰ? ਹਾਂ ਜਲੰਧਰ ਹੀ ਇਦਾਂ ਹੀ ਹੁੰਦੇ ਆ। ਜਲੰਧਰੀਆਂ ਨੇ ਜਿਹੜੀ ਆ ਬੂਟ ਕੱਟ ਪੈਂਟ ਪਾਈ ਮੈਨੂੰ ਬਦੀ ਸੋਹਣੀ ਲੱਗੀ ਆ। ਰਹੇ ਇਹ ਕਿੱਥੋਂ ਲਈ ਹੈ? ਜਲੰਧਰ ਤੋਂ? ਜਲੰਧਰ ਹੀ ਲਈ ਹੈ। ਓਕੇ ਓਕੇ ਓਕੇ, ਠੀਕ ਹੈ ਵੀਰੇ। ਹੋਰ ਤੁਹਾਡੇ ਕੀ ਹਾਲ ਨੇ ਜੀ? ਸਾਡੇ ਵਧੀਆ ਬਾਈ, ਤੁਸੀਂ ਸੁਣਾਓ? ਸਾਡੇ ਤਾਂ ਵੀਰੇ ਆ ਦੇਖੋ, ਵਾਲ ਖੜੇ, ਮੁੱਛਾਂ ਖੁੰਡੀਆਂ, ਇਹਦੇ ਨਾਲ ਪਤਾ ਲੱਗਦਾ ਮੁੰਡਾ ਛੜਾ ਹੈ। ਛੜਾ ਹੈ ਬਾਈ? ਬਿਲਕੁਲ ਪਤਾ ਲੱਗ ਗਿਆ ਵੀਰੇ, ਜਿਹੜੀ ਮੁੱਛਾਂ ਤੁਸੀਂ ਖੜੀ ਕਰਾ ਕੇ ਆਏ ਹੋ ਨਾ, ਬਾਅਦ ਚ ਕਰਕੇ ਦਿਖਾਇਓ। ਹੋਰ ਭਾਈ ਆਪਕੇ ਕੀ ਹਾਲ ਹੈ? ਵਧੀਆ ਭਾਈ। ਵਧੀਆ ਭਾਈ, ਕਹਾਂ ਸੇ ਹੋ ਆਪ? ਪੰਜਾਬ ਸੇ, ਜਲੰਧਰ। ਅੱਛਾ ਜਲੰਧਰ ਤੋਂ ਹੋ ਹੈ? ਅੱਛਾ ਹੋਰ ਭਾਈ ਤੁਹਾਡੀ ਕੀ ਹਾਲ ਹੈ ਜੀ? ਵਧੀਆ ਜੀ। ਕਿਆ ਨੀ ਪਤਾ, ਇੱਧਰ ਆਓ ਵੀਰੇ, ਇੱਧਰ ਆਓ। ਆਪ ਹਿੰਦੀ ਮੇਂ, ਯੇ ਹਿੰਦੀ ਮੇਂ ਬਾਤ ਕਰ ਰਹੇ ਥੇ? ਇੱਧਰ ਆਓ, ਇੱਧਰ ਆਓ। ਆਪਕੋ ਕਿੱਧਰ ਬੁਲਾਇਆ? ਆਪ ਹਿਮਾਚਲ ਸੇ ਹੋ ਗਿਆ? ਹਾਂ, ਹਿਮਾਚਲ ਸੇ। ਕਿਉਂ? ਹਾਂ, ਤੁਮੇ ਪਿਆਰ ਸਤਿਕਾਰ ਮਿਲ ਰਹਾ ਹੈ ਕਿ ਨਹੀਂ? ਬਾਕੀਆਂ ਲੱਗ ਰਿਹਾ ਛੜੇ ਬੁਣੇ ਵਾਲਾ, ਇੱਕ ਬਾਈ ਦਾ ਨੀ ਲੱਗ ਰਿਹਾ ਬਾਈ, ਸੋਹਣਾ ਸੁਨੱਖੇ ਹੋ ਤੁਸੀਂ ਦੋਨੋਂ। ਲੱਗਦੀ ਹੈ ਬਾਈ 2004 ਤਾਂ ਕੁੜੀਆਂ ਰੱਖੀਆਂ ਹੋਣੀਆਂ, ਇੱਕ ਨਾਲ ਫਿਲਮ, ਇੱਕ ਨਾਲ ਘੁੰਮਣ ਜਾਣਾ, ਹਿਮਾਚਲ ਤੁਮੇ ਕਿਆ ਪਸੰਦ ਹੈ? ਹਿਮਾਚਲ ਕੀ ਲੜਕੀ, ਪੰਜਾਬ ਕਹੀਂ ਕੀ ਵੀ ਮਿਲ ਜਾਏ? ਕਹੀਂ ਸਹੀ ਮਿਲ ਜਾਏ, ਹਾਂ ਕੁੜੀ ਹੋਣੀ ਚਾਹੀਦੀ ਹੈ, ਸਾਹ ਚੱਲਦੇ ਹੁਣ। ਠੀਕ ਹੈ ਬਾਈ, ਲੂਲੀ ਲੰਗੜੀ ਵੀ ਚੱਲੂਗੀ? ਲੂਲੀ ਲੰਗੜੀ? ਯੈਸ, ਡਿਪੈਂਡ ਕਰਦਾ ਹੈ। ਡਿਪੈਂਡ ਕਰਦਾ ਹੈ? ਕਿਸ ਚੀਜ਼ ਤੇ ਡਿਪੈਂਡ ਕਰਦਾ? ਅਰੇ ਮਤਲਬ ਔਰ ਵੀ ਬਾਤੇਂ ਹੋਤੀ ਹੈ, ਥੋੜੀ ਨਾ ਕਿ ਡਿਸੇਬਲ ਹੈ ਤੋ ਨਹੀਂ ਕਰੋਗੇ ਤੁਮ? ਅੱਛਾ, ਮਤਲਬ ਅਰੇ ਗਲਤ ਮੈਂ ਸੋਚੋ ਯਾਰ, ਨਹੀਂ ਸਮਝ ਗਿਆ ਮੈਂ ਤੇਰੀ ਗੱਲ। ਬੰਦਾ ਪੂਰਾ ਟੁੱਟਿਆ ਪਿਆ ਆ, ਬੰਦਾ ਟੁੱਟਿਆ ਪਿਆ, ਇਹ ਤੋੜ ਵੀ ਦਊਗਾ, ਟੁੱਟਿਆ ਹੀ ਨਹੀਂ ਪਿਆ, ਤੋੜ ਵੀ ਦਊਗਾ। ਔਰ ਯਾਰ ਇੱਕ ਗੱਲ ਸੁਣ ਬਾਈ, ਜੇ ਫੋਰ ਐਗਜ਼ਾਮਪਲ ਤੇਰੇ ਮੂਰੇ ਆ ਗਿਆ ਅਲਾਦੀਨ ਦਾ ਚਿਰਾਗ ਤੇ ਕਹਿੰਦਾ ਬਾਈ ਤਿੰਨ ਚੀਜ਼ਾਂ ਜੀ ਮੰਗ, ਕਿਆ ਮੰਗੇ ਸਭ ਤੋਂ ਪਹਿਲਾਂ? ਹਾਂ, ਕੁਛ ਵੀ ਮੰਗ ਸਕਦਾ ਹੈ, ਸੋਚਣਾ ਪੈਣਾ ਇਹ ਤੋਂ। ਹਾਂ, ਜਦ ਤੱਕ ਤੂੰ ਸੋਚ ਰਿਹਾ, ਮੈਂ ਇਹ ਜਿਹੜੇ ਪੁਰਾਣੇ ਬੰਦਿਆਂ ਨੇ ਸਾਨੂੰ ਆਨਸਰ ਦਿੱਤੇ ਹੈ ਕਿ ਮੈਂ ਚਾਹੁੰਦਾ ਕਿ ਮੇਰੇ ਮਾਂ ਬਾਪ ਹਮੇਸ਼ਾ ਖੁਸ਼ ਰਹਿਣ, ਮੈਂ ਸਰਬੱਤ ਦਾ ਪਲਾ ਮੰਗਦਾ, ਉਹ ਮਤਲਬ ਜਿਹੜੇ ਐਕਟਿੰਗ ਕਰਕੇ ਦਿਖਾ ਰਹੇ ਸੀ, ਪਰ ਤੇਰੇ ਤੋਂ ਵਧੀਆ ਜਵਾਬ ਚਾਹੀਦਾ ਮੈਨੂੰ। ਦੋ ਤਿੰਨ ਤਾਂ ਅਸੀਂ ਇਹੀ ਪੁੱਛਾਂਗੇ, ਐਂਡ ਤੇ ਇੱਕ ਪੁੱਛਾਂਗੇ। ਹਾਂਜੀ, ਹਾਂ ਦੋ ਤਿੰਨ ਤਾਂ ਇਹੀ ਪੁੱਛ ਲੈਣ ਦੇ, ਤੁਸੀਂ ਇਹ ਪੁੱਛਾਂਗੇ ਵੀ ਸਾਨੂੰ 20 ਜਵਾਬ ਤੂੰ ਹੋਰ ਦੇ। ਹਾਂ, ਇੱਕ ਵਾਰ ਕੈਸ਼ ਫਲੋ ਦੇ ਵਿੱਚ ਆ ਗਈ ਫਿਰ ਤਾਂ ਵਿਸ਼ ਦੀ ਵੀ ਵਿਸ਼ ਮੰਗੀ ਜਾਣੀ ਹੈ।
ਇਹ ਪੰਜਾਬੀ ਐਵੇਂ ਨਹੀਂ ਕੈਨੇਡਾ ਜਾ ਕੇ ਛਾ ਰਹੇ, ਇਹ ਤਾਂ ਬਹੁਤ ਚਲਾਕ ਬੰਦੇ ਨੇ, ਇਹ ਤਾਂ ਗੋਰਿਆਂ ਨੂੰ ਖਾ ਕੇ ਵਿੱਚੋਂ ਇਹਨੂੰ ਚੂਸ ਲਿਆ ਉਹਨਾਂ ਨੂੰ, ਗੋਰੇ ਹੁਣ ਵਾਪਸ ਕਹਿੰਦੇ ਵਾਪਸ ਜਾਓ, ਇਹ ਪੰਜਾਬ 'ਚ ਜਾ ਕੇ ਕਰੋ ਇਹ ਸਭ ਚੀਜ਼ਾਂ। ਬਾਈ ਜੀ ਕੀ ਹਾਲ ਹੈ, ਉਹ ਬਹੁਤ ਹਲੀਮੀ ਨਾਲ ਗੱਲ ਕਰਦੇ ਹੋ? ਨਹੀਂ ਨਹੀਂ, ਬੜੀ ਡਰ ਕੇ ਗੱਲ ਕਰਦੇ ਹੋ? ਨਹੀਂ ਨਹੀਂ, ਵੈਸੇ ਹਿਮਾਚਲ ਤੋਂ। ਹਿਮਾਚਲ ਸੇਵਾ, ਆਪ ਹਿੰਦੀ ਬੋਲਦੇ ਹੋ ਕਿਆ? ਮਿਕਸ ਅਪ ਹੈ ਮਾਰੀ ਨਾ, ਬੋਰਡਰ ਵੀ। ਮੈਂ ਸਮਝ ਗਿਆ ਆਪਕੀ ਬਾਤ, ਕਹਾਂ ਸੇ ਹੋ ਆਪ? ਉਨਾ ਵੋ ਜਾਤੀ ਨਾ, ਉਧਰ ਕਿਆ ਕਹਤੇ ਹੈ, ਫੈਕਟਰੀ ਫੁਕਟਰੀ ਲੱਗੀ ਹੋਈ ਹੈ ਕਾਫੀ ਉਨਾ ਕੀ। ਉਨਾ ਹੈ ਹੈ, ਐਸਾ ਸਿਸਟਮ ਹੈ, ਨੈਸਲੇ ਵਗੈਰਾ ਹੈ ਕਾਫੀ ਹੈ। ਅੱਛਾ ਨੈਸਲੇ ਹੈ, ਬਈ ਤੁਸੀਂ ਪੰਜਾਬੀ ਹੋ? ਹਾਂਜੀ ਹਾਂਜੀ, ਜਲੰਧਰ ਤੋਂ। ਜਲੰਧਰ ਤੋਂ? ਅੱਛਾ ਬਈ, ਆ ਹਿੰਦੀ ਅਰ ਯਾਰ ਪੰਜਾਬੀ ਵਾਲੇ ਤੋਂ ਹਿੰਦੀ ਬੁਲਵਾਣੀ ਚਾਹੀਦੀ ਹੈ ਨਾ, ਆਪ ਕੀ ਕਹ ਹਾਲ ਹੈ ਬਈ, ਮਤਲਬ ਥੋੜਾ ਹਿੰਦੀ ਮੇ ਥੋੜੇ ਇੰਟਰਵਿਊ ਦਈਏ ਹਮੇ। ਬੜੀ ਵਧੀਆ ਹੈ। ਤੇ ਬਈ ਜੇ ਫੋਰ ਐਗਜ਼ਾਮਪਲ ਨਾ ਤੁਹਾਡੇ ਜੋ ਆਪਕੀ ਸੇਲੀ ਹੈ ਉਸਕਾ ਨਿਕਲ ਆਇਆ ਬੁਆਏਫ੍ਰੈਂਡ, ਐਕਸ ਬੁਆਏਫ੍ਰੈਂਡ, ਔਰ ਉਹ ਕਹਾ ਕੇ ਕਹੇ ਵੀ ਐਸੀ ਦੀ ਤੈਸੀ ਮੈਂ ਤਾਂ ਲਾਲ ਲੈ ਕੇ ਜਾਊਂਗਾ, ਫਿਰ ਇਹ ਥੋੜਾ ਆਪਕਾ ਰਿਐਕਸ਼ਨ ਕਿਆ ਹੋਗਾ? ਹਿੰਦੀ ਮੇ ਜਵਾਬ ਚਾਹੀਏ ਹਮੇ, ਯੇ ਤਾਂ ਕੁੜੀ ਹੈ। ਹਾਂ ਹਿੰਦੀ ਮੇ ਚਾਹੀਏ, ਉਸੇ ਉਠਾ ਲੈਣਾ ਹੈ ਅੱਜ, ਆਪਨੇ ਉਸੇ ਰੋਮਨ ਰੇਜ ਕੀ ਜਰਾ ਉਠਾ ਲੈਣਾ ਹੈ ਔਰ ਨੀਚੇ ਪਟਕ ਦੇਣਾ ਹੈ, ਵਿੱਚੇ ਹੀ ਸੇਲੀ ਦੇ ਵਿੱਚੇ ਹੀ ਹੋ, ਉਹਦੇ ਵਿੱਚੇ ਹੀ ਉਹਦੇ। ਅੱਛਾ, ਸੇਲੀ ਵੀ ਜਾਵੇ ਤੇ ਉਹ ਵੀ ਜਾਵੇ? ਅੱਛਾ 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 ਭਾਈ, ਇਹ ਤਾਂ ਫਿਰ ਜਮਾ ਹੀ, ਇਹ ਤਾਂ ਪੰਜਾਬੀ ਵਾਲੀ ਬਾਤ ਕਰਦੀ ਹੈ, ਆਪ ਤਾਂ ਹਿੰਦੀ ਕੈਰੈਕਟਰ ਪਕੜਨਾ ਦਾ ਥੋੜਾ ਸਾ ਹਿੰਦੀ ਕਰੈਕਟਰ ਪਕੜਤੇ। ਹਾਂ ਹਿੰਦੀ ਮੇ ਬਾਤ ਕਰਨੀ ਹੈ, ਦੋ ਤਿੰਨ ਗੱਲਾਂ ਹਿੰਦੀ ਚ ਕਰਾਂਗੇ, ਫਿਰ ਨਹੀਂ ਮੰਨਿਆ ਤਾਂ ਫਿਰ ਤਾਂ ਆਉਣਾ ਹੀ ਪੈਣਾ ਪੰਜਾਬੀ। ਹਿੰਦੀ ਚ ਗੱਲ, ਇਧਰ ਆਓ, ਇਧਰ ਆਓ, ਇਧਰ ਆਓ ਤੁਸੀਂ, ਜਲਦੀ ਆਓ ਭੱਜ ਕੇ ਵੀਰੇ। ਉਹ ਸਮਝ ਲਓ ਆਪਣਾ ਉਹ ਤੁਹਾਡੀ ਸਹੇਲੀ ਦਾ ਬੁਆਏਫ੍ਰੈਂਡ ਐਕਸ। ਹਾਂਜੀ ਹਾਂਜੀ, ਦੱਸੋ ਆਪ ਹਿੰਦੀ ਮੇ ਬਤਾਓ ਉਸਸੇ ਕੀ ਬਾਤ ਕਰੋਗੇ, ਫਿਰ ਪੰਜਾਬੀ ਵਾਲੀ ਵੀ ਕਰਕੇ ਦਿਖਾਓ। ਪਹਿਲਾਂ ਤਾਂ ਹਿੰਦੀ ਚ ਬਾਈ ਦੇਖਾਂਗੇ ਨਾ ਕਿਹੜੇ ਇਰਾਦੇ ਨਾਲ ਆਇਆ। ਹਾਂ ਹਿੰਦੀ, ਔਰ ਇਦਾਂ ਹੀ ਆਇਆ ਬਸ, ਤੁਸੀਂ ਸਮਝ ਲਓ ਇਦਾਂ ਹੀ, ਕਿਦਾਂ ਮਤਲਬ ਕੀ ਸਮਝ। ਚਲੋ ਮੇਰੇ ਨਾਲ ਗੱਲ ਕਰੋ। ਹਾਂ ਬਾਈ ਕੀ ਚੱਕਰ? ਹਾਂ ਬਾਈ ਕਿਆ ਚੱਕਰ ਹੈ, ਮੇਰੀ ਹਮਾਰੀ ਗਰਲਫ੍ਰੈਂਡ ਹੈ ਵੋ। ਹਾਂਜੀ, ਕਿੱਥੋਂ ਲੱਭੀ ਤੁਹਾਨੂੰ ਯਾਰ? ਹਿੰਦੀ ਵਾਲੇ, ਹਿੰਦੀ ਦਾ ਬਾਈ ਔਖਾ ਬਾਈ, ਐਸੀ ਬਾਤ ਹੈ, ਬਾਈ ਹਿੰਦੀ ਮੇ ਕਰਨੇ। ਬਾਈ ਐਸਾ ਹੈ, ਤੂੰ ਸ਼ੀਲਾ ਕੇ ਪਿੱਛੇ ਸੇ ਹਟ ਜਾ ਬਾਈ, ਸ਼ੀਲਾ ਮੇਰੀ ਥੀ ਔਰ ਮੇਰੀ ਰਹੇਗੀ। ਸ਼ੀਲਾ ਸੇ ਪਹਿਲੇ ਪੁੱਛ ਲੈਣਾ, ਸ਼ੀਲਾ ਕਿਸਕੀ ਹੈ, ਸ਼ੀਲਾ ਸੇ ਯੇ ਪੁੱਛੂੰਗਾ ਕਿ ਸ਼ੀਲਾ ਕੀ ਜਵਾਨੀ ਕੈਸੀ ਹੈ, ਵੋ ਤੋ ਠੀਕ ਹੈ, ਆਪ ਉਸੇ ਪਿੱਛੇ ਹੋ ਜਾਓ। ਸ਼ੀਲਾ ਤੋ ਯੇ ਬਾਤ ਹੈ ਕਿ ਸ਼ੀਲਾ ਦੀ ਜਵਾਨੀ ਸਾਡੀ ਆ, ਸ਼ੀਲਾ ਵੀ ਸਾਡੀ ਆ। ਅੱਛਾ, ਮਤਲਬ ਜਵਾਨ ਨਹੀਂ ਕੀਤਾ ਸ਼ੀਲਾ ਨੂੰ ਜਵਾਨ, ਤੁਸੀਂ ਆਪਨੇ ਕਰਾਇਆ ਹੈ ਹੁਣ ਤਾਂ ਬਾਈ, ਤੂੰ ਉਹ ਵਾਲਾ ਆ ਵੀ ਮਤਲਬ ਫੁੱਲ ਜਦੋਂ ਐਨ ਉੱਗ ਉੱਗ ਗਿਆ ਉਹ ਮੇਰੇ ਭਾਈ, ਮੇਰੇ ਭਾਈ ਸ਼ੀਲਾ ਸ਼ੀਲੇ ਫੁੱਗੇ ਤੋਂ ਮੇਰੇ ਸਾਥ ਖਾਤੀ ਰਹੀ, ਫੁੱਗੇ ਤੋਂ ਮੇਰੇ ਸਾਥ ਲੈਤੀ ਰਹੀ, ਉਸਕੋ ਕਹਤੇ ਫੁੱਲੇ ਪੌਪਕੌਰਨ, ਪੌਪਕੌਰਨ ਤੋਂ ਮੇਰੇ ਤੇ ਮੇਰੇ ਸਾਥ ਖਾਤੀ ਰਹੀ। ਉਹ ਤਾਂ ਅਸੀਂ ਉਦਾਂ ਹੀ ਖੁੱਲੇ ਸੁਭਾਅ ਦੇ ਆ ਕਿ ਬਾਹਰ ਬੂਰੀ ਮਾੜਾ ਮੋਟਾ ਘੁੰਮ ਲਾ, ਹੁਣ ਇੰਨਾ ਕੈਸ਼ ਨਹੀਂ ਨਾ ਹੁੰਦਾ ਸਾਡੇ। ਨਹੀਂ ਯਾਰ ਭਾਈ, ਮੇਰੇ ਸਿਰੋਂ ਹੀ ਪਾ ਲੈਣੀ ਆ ਭਾਈ, ਮੇਰੀ ਤਾਂ ਫੀਲਿੰਗਸ ਜਾਗ ਗਈ ਨਾ, ਥੋੜਾ ਜਿਹਾ ਬਾਹਰ ਵੀ ਹੋ ਜਾਵੇ ਭਾਈ, ਮੇਰੀ ਤਾਂ ਫੀਲਿੰਗਾਂ ਜਾਗ ਗਈ ਨਾ। ਸ਼ੀਲਾ ਲੈ ਕੇ ਹੋ ਗਿਆ ਪਹਿਲਾਂ, ਪਹਿਲੋਂ ਸਾਡੀ ਸ਼ੀਲਾ ਦਾ ਲੈ ਕੇ ਹੋ ਗਈ ਭਾਈ, ਮੈਂ ਤੈਨੂੰ ਕਹਦਾ ਸ਼ੀਲਾ ਭਾਈ ਆ ਗਾਣਾ ਲਾਓ, ਸ਼ੀਲਾ ਕੀ ਜਵਾਨੀ ਭਾਈ, ਤੂੰ ਸ਼ੀਲਾ ਆ, ਸ਼ੀਲਾ ਮਿਲ ਜੂ ਤੁਹਾਨੂੰ, ਤੂੰ ਸ਼ੀਲਾ ਲਿਆ ਹੈ ਦੋ ਦਿਨ ਦੇ ਗੱਲ ਕਰਨ ਨੂੰ, ਬਾਅਦ ਚ ਸ਼ੀਲਾ ਨਾਲ ਆਪ ਤੇ ਨਾ ਵਿਆਹ ਦਾਂਗੇ ਤੂੰ ਦੱਸ। ਅੱਛਾ, ਅਸੀਂ ਆਪ ਨੱਚਾਂਗੇ, ਤੁਸੀਂ ਤਾਂ ਉਹ ਗੱਲ ਕਰਤੀ ਇਹ ਵੀਰੇ, ਇਹ ਇਹ ਪਹਿਲਾਂ ਮੈਂ ਦੱਸਦਾ, ਇਹ ਭਾਜੀ ਤੋਂ ਜ਼ੂਮ ਕਰਨੇ ਜਦੋਂ ਜੇ ਐਡੀਟਿੰਗ ਕੀਤੀ ਜਾਵੇ ਨਾ, ਆ ਫਿਰ ਬੜਾ ਮਜ਼ਾ ਆਊਗਾ। ਹੁਣ ਦੇਖਿਓ ਜਦੋਂ ਕਮੈਂਟ ਆਉਣੇ ਨਾ, ਆਇਆ ਤੜਕੇ ਤੜਕੇ ਸਵਾਦ ਆਉਣਾ, ਫਿਰ ਤੁਸੀਂ ਕਹੋਗੇ ਭਾਜੀ ਆ ਕੀ ਕਰਦਾ ਜੀ, ਕੁਛ ਨੀ ਕੁਛ ਨੀ। ਅੱਛਾ, ਮਤਲਬ ਤੁਸੀਂ ਇਹ ਕਹਿ ਰਹੇ ਹੋ ਬਈ ਯੂਜ਼ ਐਂਡ ਥਰੋ ਕਰਕੇ ਮੈਨੂੰ ਸੱਟ ਦੇ ਦੋਗੇ, ਇਹ ਕਰ ਰਹੇ ਹੋ? ਕੈਮਰੇ ਕੋ ਪਿੱਠ ਦਿਖਾਈ ਜਾ ਰਹੇ ਹੋ, ਫਿਰ ਉਹ ਬਾਤ ਨਹੀਂ ਬਣਨੀ, ਕਿਉਂ ਬਾਈ?